ਕੰਮ ਵਾਲੇ ਤਾਂ ਤੁਹਾਡੇ ਕੱਪੜੇ ਨਹੀਂ ਲੱਗਦੇ ਆ ਬਾਊ ਬਣ ਕੇ ਤੁਸੀਂ ਘੁੰਮਣ ਡਏ ਆ ਡਿਊਟੀ ਖਤਮ ਹੋਈ ਉਹ ਆ ਸਾਡੀ ਚੁਆਈ ਡਿਊਟੀ ਆ ਸਵੇਰ ਨੂੰ ਅੱਛਾ ਠੀਕ ਆ ਲੋ ਵੀ ਆਪਾਂ ਹੈਗੇ ਆ ਇਸ ਟਾਈਮ ਗ੍ਰੀਸ ਵਿੱਚ ਤੇ ਅਸੀਂ ਹੈਗੇ ਆ ਡੈਰੀ ਫਾਰਮ ਵਿੱਚ ਜਿੱਥੇ ਕੰਮ ਕਰਦੇ ਆ ਡੈਰੀਆਂ ਦਾ ਤੁਹਾਨੂੰ ਆਪਾਂ ਅੱਜ ਇੱਥੇ ਦਿਖਾਲਣਾ ਆ ਤੇ ਇੱਧਰਲਾ ਜਿਹੜਾ ਸਿਸਟਮ ਆ ਡੈਰੀ ਫਾਰਮ ਦਾ ਕਿੱਦਾਂ ਚੱਲਦਾ ਤੇ ਇੱਧਰ ਜ਼ਿਆਦਾ ਮੈਂ ਦੇਖਿਆ ਸੁੱਕੇ ਪੱਠੇ ਹੀ ਪਾਉਂਦੇ ਆ ਪਸ਼ੂਆਂ ਨੂੰ ਗਾਈਆਂ ਨੂੰ ਤੇ ਕੋਈ ਜਿੱਦਾਂ ਆਪਾਂ ਹਰਾ ਚਾਰਾ ਪਾਉਂਦੇ ਹਾਂ ਆਪਣੀਆਂ ਗਾਈਆਂ ਮੱਝਾਂ ਨੂੰ ਇੱਧਰ ਉਹ ਸਿਸਟਮ ਨਹੀਂ ਹੈਗਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਲਦਾ ਹਾਂ ਕਿ ਇੱਧਰਲਾ ਸਰਕਲ ਜਿਹਾ ਕਿੱਦਾਂ ਚੱਲਦਾ ਡੈਰੀ ਦਾ ਅਤੇ ਇੱਧਰਲੀਆਂ ਗਾਈਆਂ ਜਿਹੜੀਆਂ ਆ ਉਹ ਦਿਨ 'ਚ 3 ਟਾਈਮ ਇਹ ਚਾਉਂਦੇ ਆ ਅਤੇ ਪਾਉਂਦੇ ਕੀ ਆ ਮੈਂ ਤੁਹਾਨੂੰ ਉਹ ਦਿਖਾਲਦਾ ਤਾਂ ਕਿ ਆਪਣੇ ਵੀ ਇਹ ਤਕਨੀਕਾਂ ਜਿਹੀਆਂ ਆਉਣ ਤਾਂ ਵਧੀਆ ਕਿ ਦੁੱਧ ਦੁੱਧ ਗਾਈਆਂ ਦਾ ਵਧੀਆ ਤੁਰਿਆ ਰਹਿੰਦਾ ਜੋ ਇਹ ਸਿਸਟਮ ਪਾਉਂਦੇ ਆ ਮੈਂ ਤੁਹਾਨੂੰ ਦਿਖਾਲਦਾ ਸਾਰਾ ਡੈਰੀ ਫਾਰਮ ਵੀ ਤੁਹਾਨੂੰ ਅੱਜ ਮੈਂ ਘੁਮਾਉਂਦਾ ਹਾਂ ਗ੍ਰੀਸ ਦਾ ਆਹ ਤੁਸੀਂ ਦੇਖਦੇ ਪਏ ਜਿਹੜਾ ਚਾਰਾ ਆ ਇਹ ਕਣਕ ਦਾ ਇਹਨਾਂ ਨੇ ਉਹ ਬਣਾ ਕੇ ਰੱਖਿਆ ਆ ਬਿੰਨੇ ਜੇ ਕਣਕ ਦੇ ਬਣਾ ਕੇ ਰੱਖੇ ਆ ਅਤੇ ਇਹਨਾਂ ਨੂੰ ਫਿਰ ਹੈ ਨਾ ਇਹ ਜਮ੍ਹਾਂ ਕੀਤਾ ਇਹਨਾਂ ਨੇ ਇਕੱਠਾ ਉਹਦੇ ਉਹ ਗੋਲ ਬਿੰਨੇ ਵੀ ਉੱਧਰ ਰੱਖੇ ਆ ਅਤੇ ਆਹ ਚੋਰਸ ਵੀ ਇੱਧਰ ਇਹ ਕਣਕ ਦਾ ਇਹ ਬਾਅਦ 'ਚੋਂ ਇਹ ਉਹ ਮਸ਼ੀਨ ਉੱਧਰ ਖੜ੍ਹੀ ਆ ਮੈਂ ਤੁਹਾਨੂੰ ਦਿਖਾਲਦਾ ਮਸ਼ੀਨ ਵੱਲ ਲੈ ਕੇ ਜਾਂਦਾ ਉਹਨਾਂ ਵਿੱਚ ਇਹ ਸਿੱਟਦੇ ਆ ਉਹਦੇ ਮਸ਼ੀਨ ਦੇ ਅੰਦਰ ਉਹ ਸਰਕਲ ਉਹ ਲੱਗਿਆ ਬਲੇਡ ਜੇ ਇਹਨਾਂ ਨੂੰ ਵੱਢਦੇ ਆ ਅਤੇ ਫਿਰ ਉਹ ਇਕੱਲੇ ਇਕੱਲੇ ਹੋ ਜਾਂਦੇ ਆ ਤੁਹਾਨੂੰ ਮੈਂ ਕੋਲ ਜਾ ਕੇ ਦਿਖਾਲਦਾ ਉਹ ਵੀ ਆਹ ਵਾਲੀ ਆ ਮਸ਼ੀਨ ਲੱਗੀ ਆ ਤੁਹਾਨੂੰ ਮੈਂ ਦਿਖਾਲਦਾ ਇਹਦੇ ਵਿੱਚ ਉਹ ਜਿਹੜੇ ਬਿੰਨੇ ਜੇ ਖੋਲ੍ਹ ਦਿੰਦੇ ਆ ਉਹਦੇ ਆਹ ਬਲੇਡ ਜੇ ਲੱਗੇ ਆ ਇਹਨਾਂ ਇਹਨਾਂ ਦੇ ਵਿੱਚ ਆਹ ਖਲ ਵੀ ਪਾਈ ਆ ਮੱਕੀ ਦਾ ਬੂਰਾ ਆ ਉਹ ਕਣਕ ਦਾ ਜਿਹੜਾ ਉਹ ਬਿੰਨੇ ਜੇ ਉਹ ਆ ਅਤੇ ਜੌਂ ਆ ਉਹ ਇਧਰਲੀ ਸਾਈਡ 'ਤੇ ਉਹ ਡਰੰਮ ਲੱਗੇ ਆ ਉਹਨਾਂ ਦੇ ਵਿੱਚ ਸਾਰਾ ਜਮ੍ਹਾਂ ਕਰ ਲੈਂਦੇ ਆ ਇਹ ਅਤੇ ਫਿਰ ਆਹੀ ਸੁੱਕਾ ਚਾਰਾ ਪਾਉਂਦੇ ਆ ਗਾਈਆਂ ਨੂੰ ਆ ਬਲੇਡ ਜੇ ਇਹਨਾਂ ਨੂੰ ਇਕੱਲਾ ਇਕੱਲਾ ਕਰ ਦਿੰਦੇ ਆ ਖੁਰਾਕ ਪਰ ਇੱਥੇ ਚੰਗੀ ਪਾਉਂਦੇ ਆ ਗਾਈਆਂ ਨੂੰ ਮੌਸਮ ਅੱਜ ਬੱਦਲ ਮੀਂਹ ਪੈਂਦਾ ਪਿਆ ਸੀਗਾ ਪਹਿਲਾਂ ਠੰਡ ਵੀ ਚੰਗੀ ਹੋ ਗਈ ਆ ਉੱਧਰ ਨਾਲੀ ਡੈਰੀ ਫਾਰਮ ਦੇ ਨਿੱਕਾ ਜਿਹਾ ਪੋਲਟਰੀ ਫਾਰਮ ਆ ਆਲੇ ਦੁਆਲੇ ਪਹਾੜੀ ਏਰੀਏ 'ਚ ਆ ਤਰਕਾਲਾਂ ਵਾਲਾ ਗ੍ਰੀਸ ਦਾ ਏਰੀਆ ਇਹ ਤਰਕਾਲਾਂ ਠੀਕ ਹੀ ਆਪਾਂ ਗਾਈਆਂ ਨੂੰ ਪਾਉਂਦੇ ਆ ਇਹ ਹੋਰ ਮੈਂ ਤੁਹਾਨੂੰ ਲੈ ਕੇ ਜਾਂਦਾ ਉੱਧਰ ਵੀ ਦਿਖਾਲਦਾ ਜੇ ਬਣਦਾ ਕਿੱਦਾਂ ਮੈਂ ਤੁਹਾਨੂੰ ਉਹ ਵੀ ਦਿਖਾਲਦਾ ਆਹ ਮਸ਼ੀਨਾਂ ਲੱਗੀਆਂ ਇੱਥੇ ਇਹਦੇ ਵਿੱਚ ਇਹਨਾਂ ਨੇ ਸਾਰਾ ਅਨਾਜ ਸਟੋਰ ਕੀਤਾ ਆ ਇਹਦੇ ਵਿੱਚ ਇਹ ਕਣਕ ਆ ਮੱਕੀ ਆ ਜੋ ਆ ਅਤੇ ਹੋਰ ਵੀ ਕਾਫੀ ਇਹਨਾਂ ਨੇ ਜਿਹੜੇ ਇੱਧਰ ਖਾਲ ਖੁਲ ਜਿਹੀ ਪਾਉਂਦੇ ਆ ਰਲਾ ਕੇ ਉਹ ਆ ਸਟੋਰ ਕੀਤਾ ਇਹਨਾਂ ਨੇ ਇਹ ਸਾਰਾ ਇਹ ਫਿਰ ਰੋਜ਼ ਉਹਨਾਂ ਨੂੰ ਰਲਾ ਕੇ ਪਾਉਂਦੇ 2 ਟਾਈਮ ਪੱਠੇ ਪਾਉਂਦੇ ਆ ਗਾਈਆਂ ਨੂੰ ਬਾਕੀ ਭਾਅ ਜੀ ਹੁਣ ਇੱਥੇ ਹੈਗੇ ਪੁਰਾਣੇ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਕੀ ਪੈਂਦਾ ਬਾਕੀ ਆਹ ਅਚਾਰ ਬਣਾਇਆ ਆ ਇਹ ਗਾਈਆਂ ਦਾ ਇਹਦੇ ਵਿੱਚ ਮੇਰੇ ਖਿਆਲ ਨਾਲ 45 ਤੋਂ 60 ਦਿਨ ਰੱਖਦੇ ਇਹਨੂੰ ਢੱਕ ਕੇ ਮੱਕੀ ਦੇ ਚਾਰੇ ਨੂੰ ਅਤੇ ਫਿਰ ਇਹਦਾ ਅਚਾਰ ਬਣ ਜਾਂਦਾ ਇਹ ਵੀ ਉਹਦੇ ਵਿੱਚ ਰਲਾ ਕੇ ਪਾਉਂਦੇ ਆ ਉਹ ਇੱਕ ਪਾਸੇ ਟੱਕ ਉੱਧਰ ਦੇਖੋ ਲਾਇਆ ਆ ਅਤੇ ਇੱਧਰ ਹੱਲਿਆ ਢੱਕਿਆ ਇਹ ਖੋਲੂਗੇ ਬਾਕੀ ਇੱਧਰ ਮੈਂ ਗਾਈਆਂ ਵਾਲਾ ਲੈ ਕੇ ਜਾਂਦਾ ਜਿੱਧਰ ਗਾਈਆਂ ਦੀ ਚਵਾਈ ਹੁੰਦੀ ਆ ਲੋ ਵੀ ਬਾਕੀ ਇੱਕ ਮੁੰਡਾ ਮਿਲਿਆ ਆਪਾਂ ਨੂੰ ਪੰਜਾਬੀ ਇੱਥੇ ਕੰਮ ਕਰਦਾ ਇਹਨੂੰ ਪੁੱਛਦੇ ਹਾਂ ਇਹਨੂੰ ਕੀ ਐਕਸਪੀਰੀਅੰਸ ਇੱਥੇ ਦਾ ਹਾਂ ਵੀ ਗਾਈਆਂ ਗੁਈਆਂ ਬਾਰੇ ਕੁਛ ਦੱਸੋਗੇ ਤੁਸੀਂ ਕੁਛ ਪਤਾ ਤੁਹਾਨੂੰ ਨਹੀਂ ਤੁਹਾਨੂੰ ਪਤਾ ਨਹੀਂ ਤੁਸੀਂ ਇੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਇੱਥੇ ਫਾਰਮ ਦੇ ਵਿੱਚ ਕੀ ਸਿੱਖਣ ਨੂੰ ਮਿਲਿਆ ਕੁਛ ਮਿਲਿਆ ਤੁਸੀਂ ਦੱਸੋ ਨਹੀਂ ਨਹੀਂ ਤੁਸੀਂ ਇਹ ਦੱਸੋ ਕਿ ਜਿਹੜੇ ਆਪਣੇ ਪਿੱਛੇ ਜਾ ਜਿਹੜੇ ਵੀ ਵੀਡੀਓ ਦੇਖੋਗੇ ਉਹਨਾਂ ਨੂੰ ਵਧੀਆ ਜਿਹੜੀ ਗਾਈਡਨੈਂਸ ਮਿਲ ਸਕੇ ਹੈਲਪ ਮਿਲ ਸਕੇ ਦੱਸੋ ਐਕਸਪੀਰੀਅੰਸ ਦੱਸੋ ਕਿੱਦਾਂ ਦਾ ਕਿ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ 'ਚ ਜਿਹੜੇ ਆਪਣੇ ਗਾਈਆਂ ਰੱਖਦੇ ਆ ਸਾਰੇ ਹਾਂਜੀ ਚੱਲਦਾ ਕੰਮ ਦੁੱਧ ਕਿੰਨਾ ਕੁ ਇਹਨਾਂ ਦਾ ਚਾਰਾ ਚਾਰਾ ਸਾਰਾ ਸੁੱਕਾ ਹੀ ਪੈਂਦਾ ਹਨਾ ਸੁੱਕਾ ਪੱਠਾ ਚਾਰ ਪਾਉਂਦੇ ਆ ਹੋਰ ਬਹੁਤ ਫੀਡ ਪੈਂਦੀ ਆ ਠੀਕ ਆ ਆ ਕੰਮ ਵਾਲੇ ਤਾਂ ਤੁਹਾਡੇ ਕੱਪੜੇ ਨਹੀਂ ਲੱਗਦੇ ਆ ਬਾਊ ਬਣ ਕੇ ਤੁਸੀਂ ਘੁੰਮਣ ਡਏ ਆ ਡਿਊਟੀ ਖਤਮ ਹੋਈ ਉਹ ਆ ਸਾਡੀ ਚੁਆਈ ਦੀ ਡਿਊਟੀ ਆ ਸਵੇਰ ਨੂੰ ਅੱਛਾ ਠੀਕ ਆ ਇਹ ਮੁੰਡੇ ਨੂੰ ਹੋ ਗਏ ਜੀ ਹਲੇ 10-15 ਕੁ ਦਿਨ ਮੈਨੂੰ ਲੱਗਦਾ ਹੋਏ ਆ ਪਤਾ ਪੁਤਾ ਇਹਨੂੰ ਕੁਛ ਹੈ ਨਹੀਂ ਜ਼ਿਆਦਾ ਤਾਂ ਕਰਕੇ ਚਲੋ ਮੈਂ ਕਿਹਾ ਪੁੱਛ ਲੈਂਦੇ ਆ ਮਾਣ ਰੱਖਣ ਨੂੰ ਮੋਹਰੇ ਘੁੰਮਦਾ ਸੀ ਵੀਡੀਓ ਦੇ ਮੈਂ ਕਿਹਾ ਚਲੋ ਇਹਦਾ ਮਾਣ ਰੱਖ ਲੈਂਦੇ ਆ ਵੀਡੀਓ ਬਣਾ ਲੈਂਦੇ ਆ ਇਹਦੀ ਲੋ ਵੀ ਇੱਧਰ ਆ ਗਾਈਆਂ ਦੀ ਚਵਾਈ ਹੁੰਦੀ ਆ ਮਸ਼ੀਨਾਂ ਲੱਗੀਆਂ ਇੱਥੇ ਸਾਰੀਆਂ ਆ ਨੰਬਰ ਉੱਪਰ ਲਿਖਿਆ ਹੁੰਦਾ ਕਿਹੜੀ ਗਾਈ ਨੇ ਕਿੰਨਾ ਦੁੱਧ ਦਿੱਤਾ ਆ ਦੇਖੋ ਦੁੱਧ ਆਉਂਦਾ ਆ ਬਾਕੀ ਚੋ ਹੋ ਗਈਆਂ ਹੁਣ ਦਵਾਈ ਜੀ ਲਾਉਂਦੇ ਆ ਬਾਅਦ 'ਚੋਂ ਫਿਰ
ਅਤੇ ਫਿਰ ਥਣ ਥੁਣ ਸਾਫ਼ ਕਰ ਦਿੰਦੇ ਆ ਐਟੋਮੈਟਿਕ ਆ। ਮੇਰੇ ਖਿਆਲ ਜਦੋਂ ਗਾਈਆਂ ਦਾ ਦੁੱਧ ਚੋਇਆ ਜਾਂਦਾ ਆਪੇ ਹੀ ਲਿਥ ਜਾਂਦੀਆਂ। ਆਹ ਲਿਖਿਆ ਉੱਪਰ ਆ ਗਾਈ ਨੇ 14 ਲੀਟਰ ਦੁੱਧ ਦਿੱਤਾ, ਉਹਨੇ 7 ਦਿੱਤਾ 8, ਉਹ 9 ਹੱਲੇ ਆ ਤਾਂ ਚਵਾਈ ਹੁੰਦੀ ਪਈ ਆ ਇਹਨਾਂ ਦੀ। ਨਾਲ ਹੀ ਆ ਪੈਪਾਂ ਅੰਡਰਗਰਾਊਂਡ ਆ, ਉੱਧਰ ਡਰੰਮ ਵੱਲ ਜਾਂਦੀਆਂ। ਉਹਨੇ 12 ਲੀਟਰ ਦਿੱਤਾ, ਉਹਨੇ 10, 13 ਸਾਰਾ। ਇਹ ਭਾਅ ਜੀ ਨੇ ਇੱਥੇ ਦੱਸਿਆ ਸੀਗਾ ਇੱਕ ਦਿਨ ਦਾ ਇਹਨਾਂ ਦਾ 75 ਟਨ ਦਾ ਸਾਰੀਆਂ ਗਾਈਆਂ ਦਾ ਦੁੱਧ ਆ ਮਿਲਾ ਕੇ ਇੱਕ ਦਿਨ ਦਾ। ਡਰੰਮ ਵੱਲ ਤੁਹਾਨੂੰ ਲੈ ਕੇ ਜਾਂਦਾ, ਜਿੱਧਰ ਦੁੱਧ ਇਕੱਠਾ ਹੁੰਦਾ ਫਿਰ ਲੈ ਜਾਂਦੇ ਆ ਬੰਦੇ, ਆਪਣੇ ਆਪ ਹੀ ਇੱਥੇ ਆ ਕੇ ਖੜ੍ਹ ਜਾਂਦੀਆਂ। ਆਪਦੇ ਲਾਈਨ 'ਚ ਲੱਗੀਆਂ ਆ ਹੁਣ। ਆ ਡਰਾਮਾ ਵਾਲਾ ਸਿਸਟਮ ਲੱਗਾ ਇੱਥੇ, ਉਹ ਵੱਡੇ ਡਰੰਮ 'ਚ ਦੁੱਧ ਆਉਂਦਾ। ਆ ਇੱਕ ਐਕਸਟਰਾ ਨਾਲ ਰੱਖਿਆ ਆ, ਜੇ ਕਿਤੇ ਕੱਲ੍ਹ ਉਹ 'ਚ ਖਰਾਬੀ ਹੁੰਦੀ ਕਿ ਇੱਧਰ ਵਿੱਚ ਹੋ ਜਾਂਦਾ ਦੁੱਧ ਜਮ੍ਹਾਂ। ਫਿਰ ਇਹਨੂੰ ਠੰਡਾ ਰੱਖਣ ਲਈ ਬਾਹਰ ਆਹ ਲੱਗੇ ਆ AC। ਪਹਾੜੀ ਏਰੀਏ ਵਿੱਚ ਹੀ ਆ ਇਹ ਫਾਰਮ ਸਾਰਾ, ਫਾਰਮ ਕਾਫੀ ਵੱਡਾ ਆ। ਆ ਧੁੱਪ ਜਦੋਂ ਨਿਕਲਦੀ ਉਦੋਂ ਇੱਧਰ ਬਾਹਰ ਕੱਢ ਦਿੰਦੇ ਆ ਇਹ ਗਾਈਆਂ। ਹੁਣ ਤਾਂ ਚਲੋ ਠੰਡ ਸ਼ੁਰੂ ਹੋ ਗਈ ਆ, ਹੋਰ 10-15 ਦਿਨਾਂ ਤੱਕ ਬਾਰਿਸ਼ ਸ਼ੁਰੂ ਹੋ ਜਾਣੀ ਆ। ਆ ਜਿਹੜੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਜਾਂ ਬੱਚੇ ਸੂੰਦੇ ਆ, ਅਤੇ ਉਹਨਾਂ ਦਾ ਘਰ ਬਣਾਇਆ ਇਹਨਾਂ ਨੇ। ਉਹ ਬਾਲਟੀਆਂ ਦੇ ਵਿੱਚ ਇੱਕ ਪਾਸੇ ਚਾਰਾ ਪਾਉਂਦੇ, ਇੱਕ ਪਾਸੇ ਪਾਣੀ ਆ। ਬਾਕੀ ਉਹ ਸ਼ੈੱਡ ਨਵੀਂ ਬਣਦੀ ਪਈ ਆ, ਹਜੇ ਹੋਰ ਗਾਈਆਂ ਆਉਣੀਆਂ ਉੱਧਰ ਰੱਖੂਗੇ। ਸਾਡੇ ਵਾਲਾ ਉਹ ਖੜ੍ਹਾ ਦੇਖਣ ਡਿਆ ਵਿਹਲੇ ਕਰਕੇ ਅੱਜ। ਆ ਵੀ ਇੱਧਰ ਵੀ ਆ ਬੈਠੀਆਂ ਅੱਜ ਤਾਂ ਆਰਾਮ ਨਾਲ, ਬਾਲਟੀਆਂ ਸਿੱਟੀਆਂ ਇੱਧਰ। ਔਰ ਇੱਕ ਪਾਸੇ ਚਾਰਾ ਪਾਇਆ, ਦੂਜੇ ਪਾਸੇ ਆ ਪਾਣੀ ਆ। ਇੱਧਰ ਉਹਨਾਂ ਨੇ ਜਿਹੜੀਆਂ ਛੋਟੀਆਂ ਮੋਟੀਆਂ ਗਾਈਆਂ ਉਹ ਰੱਖੀਆਂ ਆ, ਇੱਧਰ ਵੀ ਚਵਾਈ ਹੁੰਦੀ। ਆ ਵੀ ਡਰੰਮ ਲੱਗਾ ਇੱਥੇ, ਬੈਠੇ ਆ ਸਾਰੇ। ਉਹ ਕਿੱਦਾਂ, ਠੀਕ ਆ? ਠੀਕ ਆ? ਇੱਧਰ ਆ, ਇੱਧਰ ਆ। ਠੀਕ ਆ, ਠੀਕ ਆ। ਵੀਡੀਓ ਬਣਦੀ ਤੁਹਾਡੀ? ਵੀਡੀਓ ਦੇਖ ਲੈ ਆਪਣੀ। ਨੰਬਰ ਤੇਰਾ 688 ਨੰਬਰ। ਆਹ ਤੇ ਆ ਮਸ਼ੀਨ ਰਾਹੀਂ ਭਾਅ ਜੀ ਹੁਣੇ ਪਾਉਂਦੇ ਪਏ ਆ ਪੱਠੇ। ਘਟਾਲਦਾ ਉਹ ਲੱਗਾ ਇਹਦਾ ਬਾਹਰ ਸਿਸਟਮ ਤੇ ਆ, ਉਹਦੇ ਵਿੱਚੋਂ ਨਿਕਲੀ ਜਾਂਦੇ ਆ ਪੱਠੇ। ਉਹ ਲੈਣ ਦੀ ਲੈਣ ਪਾਉਂਦੇ ਆਉਂਦੇ ਆ। ਤੀਸਰੀ ਸ਼ੈੱਡ ਆ ਇਹ। ਟਰੈਕਟਰ ਦੇਖੋ ਇੱਧਰ ਕਿਹੜਾ, ਨਾਂ ਉਹਦਾ ਕੋਈ ਲਿਖਿਆ ਨਹੀਂ, ਜੌਨ ਡੀਅਰ ਹੀ ਲੱਗਦਾ ਹਰੇ ਰੰਗ ਦਾ। ਨਹੀਂ ਜੌਨ ਡੀਅਰ ਨਹੀਂ ਹੈਗਾ, ਹੋਰ ਹੀ ਕੋਈ ਆ, ਫਰੈਂਡਟ ਲਿਖਿਆ, ਫਰੈਂਡਟ। ਆ ਵਿਕਰ ਭਾਅ ਜੀ ਹੁਣੇ ਲੱਗੇ ਆ, ਆਹ ਤਾਂ ਲੈਣ ਦੀ ਲੈਣ ਪੱਠਿਆਂ ਦੀ ਉਹ ਤੱਕ। ਇਹਦੇ ਵਿੱਚੋਂ ਡਿੱਗਣੇ ਪੱਠੇ ਰਲਾ ਕੇ ਸਾਰੇ। ਭਾਈ ਨੂੰ ਪੁੱਛਦੇ ਇਹਦੇ ਵਿੱਚ ਕੀ ਰਲਾਉਂਦੇ ਆ ਜ਼ਿਆਦਾ, ਇਹਨਾਂ ਨੂੰ ਜ਼ਿਆਦਾ ਪਤਾ। ਉਹ ਲੱਗੇ ਆ ਰਲਾਉਣ ਗੋਲੀ ਵਾਲੀ ਖਲ, ਉਹਦੇ ਵਿੱਚ ਡਿੱਗਦੀ ਆ। ਇੱਕ ਵਾਰ ਭਾਅ ਜੀ ਹੱਲੇ ਪੱਠੇ ਪਾਇਆ, ਹੁਣ ਦੂਜੀ ਵਾਰ ਚੱਲੇ ਆ ਬਣਾਉਣ, ਦੂਜੀ ਵਾਰ ਖਲ ਬਣਨ ਲੱਗੀ ਆ ਉਹਦੇ। ਆ ਬਲੇਡ ਜੇ ਲੱਗੇ ਆ, ਇਹਦੇ ਵਿੱਚ ਬਿੰਨਾ ਜਿਹਾ ਸਿੱਟੂਗੇ ਉਹ ਕੱਟ ਦੂਗਾ ਸਾਰੇ ਬਲੇਡ ਜੇ, ਫਿਰ ਆਹ ਰਲਾਉਣੀ ਸਾਰੀ। ਉਹ ਲੱਗੇ ਆ ਵਿਕਰ ਭਾਅ ਜੀ, ਭਾਅ ਜੀ ਨੂੰ ਪੁੱਛਦੇ ਭਾਈ ਆ ਕਿੰਨਾ ਕੁ ਪਾਉਣਾ ਹੁੰਦਾ ਖਲ ਜੀ, ਕਿੰਨੀ ਪਾਉਂਦੇ? ਹੈਂ, ਇੱਕ ਨੂੰ 1.5 ਕਿਲੋ ਖਲ। ਇਹ ਹੋਰ 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 ਕੀ ਪਾਉਂਦੇ ਇਹਦੇ ਵਿੱਚ ਭਾਅ ਜੀ? ਆਪਾਂ ਜਦੋਂ ਪੱਠੇ ਜਿਹੜੇ ਬਣਾਉਂਦੇ ਹਾਂ ਅੱਛਾ ਅੱਛਾ। ਆਹ ਭਾਅ ਜੀ ਹੁਣੇ ਵਿਕਰ ਭਾਅ ਜੀ ਉਹਨਾਂ ਨੂੰ ਹੋ ਗਿਆ ਇੱਥੇ 10-15 ਸਾਲ। ਉਹ ਨੰਬਰ ਲਿਖੇ ਆ ਕਹਿੰਦੇ, ਉਹ ਹਿਸਾਬ ਨਾਲ ਕਹਿੰਦੇ ਪਾਉਂਦੇ। ਇੱਕ ਪੁੱਸ ਨੂੰ 1.5 ਕਿਲੋ ਖਲ ਪਾਉਂਦੇ ਆ ਇਹਦੇ ਵਿੱਚ, ਜੋ ਮੱਕੀ ਆ ਬਿੰਨੇ ਜੇ ਬਣਾ ਬਣੂ ਕੇ ਸਾਰਾ ਰਦਾਰ ਲੂ ਕੇ ਪਾਉਂਦੇ ਆ, ਮਿਕਸ ਕਰਕੇ ਸਾਰਾ ਕੁਛ ਪਾਉਂਦੇ, ਤਾਂ ਹੀ ਗਾਈਆਂ ਇੱਧਰ ਦੁੱਧ ਦਿੰਦੀਆਂ ਜ਼ਿਆਦਾ। ਲਓ ਵੀ ਇਹਦਾ ਆਪਾਂ ਤੁਹਾਨੂੰ ਦਿਖਾਇਆ ਗਰੀਸ ਦੇ ਫਾਰਮ, ਜਿਹੜੇ ਡੈਰੀ ਫਾਰਮ ਆ, ਅਤੇ ਹੋਰ ਵੀ ਬਾਕੀ ਦਿਖਾਵਾਂਗੇ ਵੀਡੀਓ ਬਣਾ ਕੇ, ਜੋ ਵੀ ਇੱਥੇ ਦੀ ਤਕਨੀਕ ਜੀ ਆਪਾਂ ਨੂੰ ਪਤਾ ਲੱਗਦੀ ਹੈ ਡੈਰੀਆਂ ਦੀ। ਹਾਲੇ ਨਵੇਂ ਨਵੇਂ ਆਏ, ਜ਼ਿਆਦਾ ਮਾੜਾ ਮੋਟਾ ਪਤਾ ਨਹੀਂ ਹੈਗਾ।
ਅਤੇ ਵੀਡੀਓ ਸਾਰਿਆਂ ਦਾ ਦੇਖਣ ਲਈ ਬਹੁਤ ਬਹੁਤ ਧੰਨਵਾਦ। ਹੋਰ ਬਣਾਵਾਂਗੇ ਅਸੀਂ ਵੀਡੀਓ।